बिस्मिल्लाह रहमान रहीम। अस्सलाम वालेकुम दोस्तों, की हाल चाल है? तुम देखते पे अरशद अली टीवी, तो मैं थोड़ा मेजबान मुहम्मद गफार। सब तो पहले चैनल सबसक्राइब कर लो, बैल आइकान का बटन दबा लो, हर आने वाली वीडियो तुम पहुँचे वो तुम वेखो। रोज़ की नस्बत इंशाल्लाह बा फजले खुदा चंगे चंगे जानवर थोड़े वास्ते नीली दे कट के ब्रांड लैके होईदा हाजिर। बकाया लैना देना बरादा अज लग जाएंगे पते इंशाल्लाह। एडिया एडिया हवाना वाली मझा भी पैदा इंशाल्लाह हुई ने, बकाया इंशाल्लाह दुध दी गरंटियां सारे मामलात सारिया गल्लां बातां तुहाडे सामने। पंड हवाने दी लाई फिरदी हुणे मेरा ख्याल सूई है, मगर इन्हें कट्टा दिता मगर ये कट्टा बकाया तीजे या दूजे सूए ये पुछलांगे भा नूं सारे मामलात इहदे की ने की इहदे हिसाब किताब ने। बकाया टोरो जी थोड़ा थोड़ा चल मुशाफ कर, मझ देख लैनी है घरेलू मझ आ 30 साल तो इवें ही है जी। बिल्कुल 30 साल तो नसल टुरी नसल टुरी आँदी आ। बकाया इंशाल्लाह तसली दे नाल तुहानूं दिखावांगे लैना देना बरादा। धुनी कोली माई दी चैक करनी आ, बरीकियां माई नूं चैक कर लईआं। इधर नूं टोरो जी, पहले टोरो टोरो तो सही किसे पासे नूं। मझ पूरी तसली दे नाल चैक करनी है ये मझ इंशाल्लाह। इंशाल्लाह जिन्ना भी दुद्ध कह लवो ये अल्लाह दे नाल गल मन वाली है, और हर शै दी गरंटी लैके देंगे तुहानूं सौदे नाल नसीबां दे। वीडियो पसंद आवे लाइक ते शेयर करिया करो जरूर। ये मखा जान दे जान दे कहना टोर दे टोर दे टोर दे थोड़ा हुण सूरज परां ते परां अगे लै जाओ। हड्डी माई नूं बरीकियां चैक करनियां ने हुणे सूई है। बकाया अल्लाह दे हुक्मल शाहजोर डाले जिहड़ी ये मझ सौदे नसीबां दे ने मझ चैक करनी है। ਹੁਣ ਮੋੜੋ ਪਿੱਛੇ ਅੱਗੋਂ ਪੈਂਦਾ ਸੂਰਜ ਇੱਧਰ ਨੂੰ ਲਿਆ ਇੱਥੇ ਖੜਵਾਓ ਮਾਜ ਉਸ਼ਾ ਪਾਛਾ ਨਹੀਂ ਜੀ ਮਾਜ ਦੀ ਤਸੱਲੀ ਕਰ ਲੈਣੀ ਅੱਲਾ ਦੇ ਹੁਕਮ ਨਾਲ ਇਹਨੂੰ ਕਹਿੰਦੇ ਆ ਜਾਣ ਦੇ ਬੱਚੇ ਤੇ ਜਾਣ ਦੇ 20 ਸਾਲ ਤੋਂ ਕੋਈ ਕੋਮੀ ਘਰ ਆ ਉਹਦੇ ਵਿੱਚ ਮਾਜੇ ਬਕਾਇਆ ਸੌਦੇ ਆ ਨਸੀਬਾਂ ਦੇ। ਸਲਾਮ ਅਲੈਕਮ ਜੀ। ਵਾਲੇਕਮ ਸਲਾਮ, ਕੀ ਹਾਲ ਜੀ? ਠੀਕ ਹੋ? ਠੀਕ ਠਾਕ ਜੀ। ਅੱਛਾ ਇਹ ਦੱਸਿਆ ਜੇ ਮਾਜ ਸੂਆ ਕਿਨਵਾ ਸੂਈ ਹੈ? ਦੂਸਰਾ ਹਾਂ ਦੂਸਰਾ ਬਰੀਕ ਮੱਝ ਹੈ। ਅੱਛਾ ਜ਼ਿਆਦਾ ਥੋੜਾ ਜਿਹਾ ਲੱਗਦਾ ਜੀ ਯਾਰ ਘਰ ਦੀ ਮੈਂ। ਅੱਛਾ ਮੱਝ ਤਾਂ ਘਰ ਦੀ, ਇਸ ਗੱਲ ਦਾ ਤਾਂ ਸਾਨੂੰ ਪਤਾ ਕਿ ਬੰਦਾ ਨਹੀਂ ਹੈਗਾ। ਤੇ ਅੱਛਾ ਬਰੀਕ ਮੱਝ ਪੂਰੀ ਪੂਰੀ ਤੁਹਾਨੂੰ ਨਹੀਂ ਦੇਦੀ ਭਾਈ? ਦਿੱਸੀ ਸਾਨੂੰ ਵੀ ਦਿੱਸੀ ਜਾਂਦੀ ਹੈ। ਅਸੀਂ ਤੁਹਾਨੂੰ ਪੁੱਛਣਾ ਵੀ ਹੈ ਨਾ ਥੋੜਾ ਜਿਹਾ। ਹਾਂਜੀ ਮੈਂ ਤਾਂ ਮੂੰਹ ਵੇਖ ਮੱਝ ਦਾ। ਹਾਂ ਬਿੱਲੀਆਂ ਅੱਖਾਂ ਮੱਝ ਦੀਆਂ, ਸਿੰਘ ਵੇਖ ਮੱਝ ਨੂੰ। ਸਿੰਘ ਇਹਨਾਂ ਬਣਾਇਆ ਬਣਾਇਆ ਤੇ ਨਹੀਂ ਸਿੰਘ ਬਣਿਆ ਦੱਸਿਆ ਤੇਰੇ ਸਾਹਮਣੇ ਸਿੰਘ ਕਾਹਦੇ ਲਈ ਬਣਾਉਂਦਾ? ਅੱਛਾ ਤੇ ਆਹ ਜਿਹੜੀਆਂ ਨਾੜਾਂ ਹੈ ਬਰੀਕੀ ਦੀ ਵਜ੍ਹਾ ਤੋਂ ਨਜ਼ਰ ਆਉਂਦੀਆਂ ਨੇ ਉਹ ਲਾਲਾ ਜੀ? ਇਹ ਤੇ ਹੈ ਇੱਕ ਉਹ ਨਿੰਬੂ ਆਏ ਤੇ। ਅੱਛਾ ਇਦਾਂ ਦੇ ਨਿੰਬੂ ਕਿਤੇ ਸਾਰਿਆਂ ਕੋਲ ਹੈਗੇ? ਹਾਂ ਬਿਲਕੁਲ। ਤੇ ਅੱਡੇ ਦੀਆਂ ਮਾਂ ਨੂੰ ਪੰਡਾਂ? ਹਾਂ ਤੇ ਸਾਰੀਆਂ ਮਈਆਂ ਨੂੰ ਲੱਗਦੀਆਂ ਕਿਤੇ? ਅੱਛਾ ਆ ਫੇਰੀ ਜਾ ਮਾਂ ਨੂੰ ਵੇਖ ਚੰਗੀ ਤਰ੍ਹਾਂ ਨਾਲ ਵੰਡ ਵੇਖ ਥਣਾ ਦੀ ਥਣ ਵੇਖ ਮਾਂ ਨੂੰ ਰੋਕ ਰੋਕ ਦਾ। ਬਿਲਕੁਲ। ਅੱਛਾ ਦੁੱਧ ਚਾਚਾ ਇਹ ਕਿੰਨਾ ਕਰਦੀ? ਦੁੱਧ ਭਾਈ ਪਿਛਲਾ ਸੂਆ ਤੇ 20 ਸਿਰ ਆਰਾਮ ਨਾਲ ਹੀ ਕਰਦੀ ਗਈ ਹੈ। 20 ਸਿਰ? ਹਾਂ। ਅੱਛਾ ਤੇ ਅੱਜ ਵਧੇਗੀ ਇਨਸ਼ਾਅੱਲਾ ਵਧੇਗੀ। ਅੱਛਾ 20 ਸਿਰ ਦੁੱਧ ਮੇਰੇ ਨਾਲ ਨਾਲ ਥੋੜਾ ਕਰਦੀ ਜੀ ਜਿਹੜਾ ਹਵਾਨਾ ਜਿੱਦੀ ਮੱਝ ਪਹਿਲਾਂ ਸੀ ਨਾ ਐਕੀ ਮੱਝ ਦੂਸਣਾ ਐਕੀ ਮੱਝ ਨਾ ਤਾਵੇ ਤੇ ਚੋਂਦੇ ਰਹੇ ਹੋ ਮਿਲਦੀ ਰਹੀ ਲੇਟ ਦੇਰ ਤੱਕ? ਹਾਂ ਹੁਣ ਤੱਕ ਮਿਲਦੀ ਰਹੀ ਆ ਤੇ। ਅੱਛਾ ਸੁਕੂਨਾ ਜੀ ਦੇ ਕਾਜ ਜੀ ਮਾਲਕਾਂ ਦਾ ਕਹਿ ਨਾ ਮੱਝ ਕਮਜ਼ੋਰੀ ਦੀ ਵਜ੍ਹਾ ਤੋਂ ਦੁੱਧ ਨਹੀਂ ਛੱਡਿਆ, ਮੱਝ ਨੂੰ ਛੇਤੀ ਚੋਂਦੇ ਰਹੇ ਉਹਦੀ ਵਜ੍ਹਾ ਤੋਂ ਥੋੜਾ ਜਿਹਾ ਕੱਪੜੇ ਵੀ ਘੱਟ ਰਹੇ ਨੇ। ਬਕਾਇਆ ਮੱਝ ਦੀਆਂ ਬਰੀਕੀਆਂ ਸਫਾਈਆਂ ਚੋਣ ਸਾਰਾ ਕੁਛ ਇਹ ਆ ਤੁਹਾਡੇ ਸਾਹਮਣੇ। ਬਕਾਇਆ ਮੱਝ 21,000 ਪੂਰੀ ਅੱਲਾ ਦੇ ਕਮਾਲ ਨੀਲੀ ਦੇ ਵਿੱਚੋਂ ਕੋਈ ਬੰਦਾ ਇਹਨੂੰ ਨਹੀਂ ਕੱਟ ਸਕਦਾ ਕਿਉਂਕਿ ਘਰੇਲੂ ਮੱਝ ਨਹੀਂ ਚੱਲਦੇ ਲੱਗਦੇ ਇਦਾਂ ਦੇ ਯਾਰ ਭਾਈ ਘਰ ਘਰ ਮੱਝਾਂ ਮੰਨੀ ਫਿਰਦੇ ਸਾਰੇ ਸਾਰੇ ਮਾਮਲਾਤ ਤੁਹਾਡੇ ਸਾਹਮਣੇ ਆ ਅੱਲਾ ਦੇ ਫਜ਼ਲ ਨਾਲ ਅੱਲਾ ਦੀ ਰਹਿਮਤ ਨਾਲ। ਇਹ ਤੁਹਾਡੇ ਵਾਸਤੇ ਕੋਸ਼ਿਸ਼ ਮਿਹਨਤ ਦੇ ਨਾਲ ਇਹ ਸੌਦੇ ਇਨਸ਼ਾਅੱਲਾ ਮਿਲਦੇ ਨੇ, ਗੱਲਾਂ ਬਾਤਾਂ ਨਾਲ ਨਹੀਂ। ਐਵੇਂ ਉੱਠੇ ਤੇ ਵੀਡੀਓ ਬਣਾ ਲਈ ਤੇ ਝੂਠ ਤੂਫਾਨ ਮਾਰੀ ਗਿਆ ਉਹ ਮਾਮਲਾਤ ਨਹੀਂ। ਜਿਹੜਾ ਬੰਦਾ ਆਵੇ 8ਵੇਂ ਦਿਨ ਆਣ ਕੇ 20 ਤੋਂ ਪਲੱਸ ਮਾਈ ਚੋ ਲਵੇ ਇਨਸ਼ਾਅੱਲਾ ਗਰੰਟੀ ਹੋਏਗੀ। ਬਿਆਨਾ ਕੋਈ ਬੰਦਾ ਕਰੇ ਅੱਲਾ ਦੇ ਨਾਲ ਘਰੇਲੂ ਮੱਝ ਇਨਸ਼ਾਅੱਲਾ ਪਿਓਰ ਜੀ। ਮਾਲਕਾਂ ਦਾ ਇਹ ਕਹਿਣਾ ਕਿ 30 ਸਾਲ ਤੋਂ ਐਵੇਂ ਜੀ 30 ਸਾਲ ਤੋਂ ਇੱਕ ਨਸਲ ਤੁਰੀ ਆਉਂਦੀ ਹੈ ਘਰੇਲੂ ਮੱਝ। ਇਹ ਤੁਹਾਨੂੰ ਆਪ ਨੂੰ ਪਤਾ ਲੱਗ ਜਾਣਾ ਅੱਲਾ ਦੇ ਨਾਲ। ਅੱਛਾ ਚਾਚਾ ਮੁੱਲ ਜਾਇਜ਼ ਮੁਹੱਬਤ ਪਿਆਰ ਵਾਲਾ ਲਾਉਣਾ, ਜ਼ਿਆਦਾ ਨਹੀਂ ਮੰਗਣਾ ਜਿੰਨੇ ਦੀ ਮੱਝ ਵੇਚਣੀ ਹੈ। ਸਮਾਜ ਦਾ ਕੋਈ ਮੁੱਲ ਆ ਉਹਦੀਆਂ ਮੱਝਾਂ ਦੇ ਕਦੋਂ ਮੁੱਲ ਹੁੰਦੇ ਆ? ਨਹੀਂ ਮੁੱਲ ਤਾਂ ਨਾਂ ਤਾਂ ਰੱਖਣੇ ਪੈਣਾ ਮੁੱਲ, ਮੱਝ ਬੇਕੀਮਤੀ ਮੱਝ ਕੋਈ ਸ਼ੱਕ ਨਹੀਂ। ਹਾਂ ਇਹ ਉਹਦੀਆਂ ਮੱਝਾਂ ਦੇ ਕਹੇ ਮੁੱਲ ਹੁੰਦੇ ਆ। ਹਾਂ ਇਨਸ਼ਾਅੱਲਾ ਮੱਝ ਦਾ 10 ਲੱਖ ਮੰਗੇ ਤੇ ਮੱਝ ਦੇ ਮੂੰਹ ਤੇ ਵੜਦਾ ਨਹੀਂ। 10 ਲੱਖ ਨਾ ਮੰਗ, ਤੇਰੀ ਮਿਹਰਬਾਨੀ 10 ਲੱਖ ਦੀ ਮੱਝ ਆ ਤੇ ਮੱਝ ਨੂੰ ਥੋੜੇ ਕੱਪੜੇ ਹੋਣ ਤੇ ਮੱਝ ਥੋੜਾ ਜਿਹਾ ਲਿਸੀ ਰਹੇ। ਨਹੀਂ ਮੱਝ ਨਸਲੋਂ ਜ਼ਿਆਦਾ ਤੋਂ ਚੰਗੀ ਮੱਝ ਨੂੰ ਬੂਥੀ ਨਿੱਕੀ ਅੱਖ ਚਿੱਟੀ ਆ। ਬਿਲਕੁਲ ਮੱਝ ਚੰਗੀ ਹੈ, ਸੌਦੇ ਨਸੀਬਾਂ ਦੇ ਨੇ।
कोई लवे तो भावें उन्हें लवे मज कोई शक नहीं अल्लाह के फसल नाल मज देख के तबीयत राजी हुई है तो रूह खुश होया अल्लाह के हुक्म नाल मज इवें दियां मज्जां भी अल्लाह के हुक्म नाल धरती दे जे है ने दे मां नूं थाण कैसा लगा हर शै रोग रोग इहनूं कहिंदे लंगड़ा अंब ते बकाया तुसीं वेख ही लै रहे ते मोले दा मुहब्बतला ला दे चाचा रफीक गुजर बादशाह मुल ओह ला दे जिहड़ा साडी भी तबीयत राजी होवे मज पड़ां तो ते मेरे यारां दी दोस्तां दी वीरां दी ते भरावां दी भी खड़ी रहण दे मज मुल ला इहदा नूं तुरो किले दा बन तबीयत राजी हो जाए बस ज्यादा ना मंगी 10 लाख गलां सानू ना सुना मां चंगी है मां च कोई शक नहीं है 10 लाख दी है ते हुण चलो जे ना कढ दित्ता हां ते मां 7 लाख दी नहीं 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 तैनूं क्या इक्के गल कर दे मेहरबानी तेरी चल 6.5 दी कर ला लाला हुण तू हुण मुक्ति किसनूं दे दईए हां लो जी बकाया इंशाल्लाह मौके ते जदों कोई मामलात होवेगा ये अल्लाह दे नाल वादा घाटा जरूर होवेगा इंशाल्लाह सौदा नसीबा का मज तसली दे नाल तुसीं वी सिर दुद्ध चवा दोगे बाबा जी बिल्कुल चवा अल्लाह दे हुक्म नाल पर अज ते नहीं ना हुण कोई 8-10 दिनां बाद 10 दिनां तों बाद मालक 20 तों वी प्लस कह रहे ने बकाया इंशाल्लाह तुसीं देख ली हर शै यार भाई नलका गिरन वाली गल आ जेले थल्ले बैना इंज ही हुणू हुणा नलका गिण दे हां कोई वी शक नहीं तां मार ला यार भाई नलका गिरन वाली गल आ नलका ओ लाला जी सारे थणा दी धार मार नहीं कोई दो बाल्टियां मैं भर दी अच्छा टाइम ते टाइम ते दोवां बाल्टियां नूं मज हथ पाउंदी है अच्छा हुण 6.5 लाख 6.5 लाख ओ भी तेरी जात वास्ते भी तू हुण आया वा हांजी ओ माई ते होर पासे नूं जांदी है पर चलो हुण तू चलो मेहरबानी लो जी इंशाल्लाह इंशाल्लाह उम्मीद करांगे वीडियो तुहाडे पसंद आएगी वीडियो पसंद आवे लाइक ते शेयर जरूर करया करो इंशाल्लाह इंशाल्लाह मिलदी अच्छी और बेहतरीन वीडियो नाल असीं कोई 25 लीटर नहीं कहना या 30 लीटर उत्ते लिख के नहीं दसना भी ए गया दुद्ध झूठ मारन दा तूफान मार के वीडियो बना बना गल्लां करन दा ओ फायदा नहीं अल्लाह दी रहमत नाल जे गल जिहड़ी जेनमनी करनी है सौदे नसीबां दे सौदा विकदे रहिंदे ने इंशाल्लाह कोई मसला नहीं गा इंशाल्लाह उम्मीद करांगे वीडियो तुहानूं पसंद आएगी मिलदे अच्छी ते बेहतरीन वीडियो नाल अल्लाह निगबान पाकिस्तान जिंदाबाद पाक आर्मी जिंदाबाद।